ਸਤਿ ਸ਼੍ਰੀ ਅਕਾਲ ਫਰੈਂਡਸ ਆਪਣੀ ਇਸ ਵੀਡੀਓ ਰਹੀ ਮੈਂ ਤੁਹਾਨੂੰ ਜਿਹੜਾ ਹੈਗਾ ਪੰਜਾਬੀ ਵਿਆਕਰਨ ਦੇ ਲੈਸਨ ਕਵਰ ਕਰਵਾਉਂਗੀ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਕਿ ਕਿਸੇ ਵੀ ਭਾਸ਼ਾ ਨੂੰ ਸਮਝਣ ਤੋਂ ਜਾਂ ਪੜ੍ਹਨ ਤੋਂ ਪਹਿਲਾਂ ਉਹਦੀ ਵਿਆਕਰਨ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਇਹਦੇ ਨਾਲ ਹੀ ਮੈਂ ਜਿਹੜਾ ਤੁਹਾਨੂੰ ਲੈਸਨ ਕਵਰ ਕਰਵਾਉਂਗੀ ਤੇ ਦੂਸਰੀ ਸਾਈਡ ਆਪਾਂ ਇਹਨਾਂ ਦੇ 50-50 ਕੁਐਸਚਨ ਦੀ ਹੈਗੀ ਹੈ ਜਿਹੜੀ ਸੀਰੀਜ਼ ਪੜਾਂਗੇ ਠੀਕ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਹੈ ਥਿਊਰੀ ਟਾਈਪ ਪੜਾਉਂਗੀ ਆਓ ਆਰਤੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਹੈ ਕਿ ਵਿਆਕਰਨ ਵਿਆਕਰਨ ਕੀ ਹੈ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿੰਨਾ ਨਿਜਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ ਇਹਦੇ ਵਿੱਚ ਇੰਪੋਰਟੈਂਟ ਕੀ ਹੈ ਕਿ ਦੇਖੋ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਠੀਕ ਹੈ ਜਿਹੜੇ ਨਿਜਮਾਂ ਦੀ ਲੋੜ ਪੈਂਦੀ ਆ ਉਹਨੂੰ ਕੀ ਕਹਿੰਦੇ ਆ ਵਿਆਕਰਨ ਕਿਹਾ ਜਾਂਦਾ ਜੀ ਅੱਗੇ ਹੈਗਾ ਹੋਰ ਵਿਆਕਰਨ ਦੇ ਨਿਯਮ ਵਿਆਕਰਨ ਦੇ ਨਿਜਮਾਂ ਬਾਰੇ ਪੜ੍ਹਦੇ ਆ ਭਾਸ਼ਾ ਸੰਬੰਧੀ ਵਿਆਕਰਨ ਦੇ ਨਿਯਮ ਬਾਹਰੋਂ ਨਹੀਂ ਲਏ ਜਾਂਦੇ ਸਗੋਂ ਉਸੇ ਭਾਸ਼ਾ ਵਿੱਚੋਂ ਪਛਾਣੇ ਗਏ ਹੁੰਦੇ ਹਨ ਦੇਖੋ ਜਿਹੜੇ ਭਾਸ਼ਾ ਦੇ ਨਿਯਮ ਨੇ ਕੀ ਆ ਕਿ ਉਹ ਬਾਹਰੋਂ ਨਹੀਂ ਲਏ ਜਾਂਦੇ ਕਿੱਥੋਂ ਲਏ ਜਾਂਦੇ ਆ ਉਸੇ ਭਾਸ਼ਾ ਦੇ ਵਿੱਚੋਂ ਉਹਨਾਂ ਦੀ ਪਛਾਣ ਕੀਤੀ ਜਾਂਦੀ ਆ ਕਿਸੇ ਇੱਕ ਭਾਸ਼ਾ ਦੇ ਨਿਯਮਾਂ ਨੂੰ ਦੂਜੀ ਭਾਸ਼ਾ ਉੱਤੇ ਹੂਬਹੂ ਲਾਗੂ ਨਹੀਂ ਕੀਤਾ ਜਾ ਸਕਦਾ ਦੇਖੋ ਕਿਸੇ ਇੱਕ ਭਾਸ਼ਾ ਦੇ ਨਿਯਮਾਂ ਨੂੰ ਕਿਸੇ ਵੀ ਦੂਜੀ ਭਾਸ਼ਾ ਉੱਤੇ ਲਾਗੂ ਨਹੀਂ ਕੀਤਾ ਜਾ ਸਕਦਾ ਐ ਨਹੀਂ ਹੋ ਸਕਦਾ ਕਿ ਜਿਵੇਂ ਪੰਜਾਬੀ ਭਾਸ਼ਾ ਦੇ ਨਿਯਮ ਆਪਾਂ ਉਹਨੂੰ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਤੇ ਲਾਗੂ ਕਰੀਏ ਇਹ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਹੈਗੇ ਨੇ ਨਿਯਮ ਉਹ ਇਹਦੇ ਤੇ ਨਹੀਂ ਲਾਗੂ ਹੋ ਸਕਦੇ ਠੀਕ ਹੈ ਜੀ ਨੈਕਸਟ ਹੈ ਵਿਆਕਰਨ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਹਨ ਜਦੋਂ ਕਿ ਜੀਵਤ ਜਿਹੜੀ ਭਾਸ਼ਾ ਬਹੁਤਾਂ ਗਤੀਸ਼ੀਲ ਹੁੰਦੀ ਹੈ ਪਰ ਜਿਹੜੇ ਵਿਆਕਰਨ ਦੇ ਨਿਯਮ ਆ ਉਹ ਹਮੇਸ਼ਾ ਸਥਿਰ ਹੁੰਦੇ ਆ ਅੱਗੇ ਕੰਟੀਨਿਊ ਕਰਦੇ ਆ ਹਾਂਜੀ ਵਿਆਕਰਨ ਦੇ ਜਿਹੜੇ ਭਾਗ ਵਿਆਕਰਨ ਦੇ ਹੈਗੇ ਆ ਕੁੱਲ ਵਿਆਕਰਨ ਦੇ ਆਮ ਤੌਰ ਤੇ ਚਾਰ ਭਾਗ ਹੁੰਦੇ ਹਨ ਉਹ ਚਾਰ ਭਾਗ ਕਿਹੜੇ-ਕਿਹੜੇ ਨੇ ਫਸਟ ਹੈ ਤੁਨੀਬੋਧ ਅੱਖਰਬੋਧ ਜਾਂ ਵਰਣਬੋਧ ਸੈਕਿੰਡ ਸ਼ਬਦਬੋਧ ਤੇ ਤੀਜਾ ਨੰਬਰ ਹੈਗਾ ਅਰਥਬੋਧ ਤੇ ਵਾਕਬੋਧ ਹੁਣ ਆਪਾਂ ਬਾਰੀ-ਬਾਰੀ ਇੰਨਾ ਸਾਰਿਆਂ ਨੂੰ ਜਿਹੜੀ ਹੈਗੀ ਆ ਵਿਆਖਿਆ ਪੜਾਂਗੇ ਕਿ ਇਹ ਅਸਲ ਵਿੱਚ ਕੀ ਹੁੰਦੇ ਆ ਸਭ ਤੋਂ ਪਹਿਲਾਂ ਹੈ ਜੀ ਤੁਨੀਬੋਧ ਅੱਖਰਬੋਧ ਜਾਂ ਵਰਣਬੋਧ ਕੀ ਹੈ ਤੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਆ ਤੁਨੀ ਤੁਨੀ ਦਾ ਅਰਥ ਕੀ ਹੈ ਆਵਾਜ਼ ਆਪਾਂ ਬੋਲਦੇ ਆ ਜਦੋਂ ਮੂੰਹ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਨੂੰ ਕੀ ਕਹਿੰਦੇ ਆ ਤੁਨੀ ਕਹਿੰਦੇ ਜਿਵੇਂ ਮੈਂ ਹੁਣ ਬੋਲ ਰਹੀ ਆ ਮੇਰੇ ਮੂੰਹ ਤੋਂ ਜਿਹੜੀ ਆਵਾਜ਼ ਨਿਕਲ ਰਹੀ ਉਹ ਕੀ ਹੈ ਇੱਕ ਤਰ੍ਹਾਂ ਨਾਲ ਤੁਨੀ ਆ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਨ ਵਿੱਚ ਕੀ ਕਹਿੰਦੇ ਆ ਤੁਨੀ ਕਿਹਾ ਜਾਂਦਾ ਵਾ ਇਹ ਤੁਨੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਤੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਜਿਹੜੀ ਹੈਗੀ ਆ ਬਣਦੀ ਆ ਤੇ ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹ ਪੰਜਾਬੀ ਦੀਆਂ ਧੁਨੀਆਂ ਹਨ ਇਹ ਤਾਂ ਹੋ ਗਿਆ ਦੀ ਧੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਤਿੰਨ ਨਾਮ ਨੇ ਇਹਦੇ ਹੀ ਅੱਗੇ ਹੈ ਸ਼ਬਦ ਬੋਧ ਹੁਣ ਆ ਮੂੰਹ ਵਿੱਚੋਂ ਜਿਹੜੀਆਂ ਧੁਨੀਆਂ ਨਿਕਲਦੀਆਂ ਨੇ ਧੁਨੀਆਂ ਜਾਂ ਜਿਹੜੇ ਵਰਣ ਨਿਕਲਦੇ ਆ ਉਹਨਾਂ ਦੇ ਸਮੇਲ ਤੋਂ ਜਿਹੜਾ ਸ਼ਬਦ ਬੋਧ ਉਹ ਪੜਨਾ ਨਾ ਆਪਾਂ ਕੀ ਹੁੰਦਾ ਨਾ ਜਿਹੜੀਆਂ ਵੀ ਆਪਣੇ ਮੂੰਹ ਵਿੱਚੋਂ ਧੁਨੀਆਂ ਨਿਕਲਦੀਆਂ ਨੇ ਜਾਂ ਵਰਨਾ ਨਿਕਲਦੇ ਨੇ ਉਹਨਾਂ ਦੇ ਸਮੇਲ ਤੋਂ ਜਿਹੜਾ ਸ਼ਬਦ ਬਣਦਾ ਵਾ ਉਹਨੂੰ ਕੀ ਕਹਿੰਦੇ ਆ ਧੁਨੀ ਦਾ ਲਖਤੀ ਚੰਨ ਹੁੰਦਾ ਵਾ ਜਿਹੜਾ ਅੱਖਰ ਉਹਦੇ ਰਾਹੀਂ ਆਪਾਂ ਸ਼ਬਦ ਨੂੰ ਲਿਖਦੇ ਆ ਨਾ ਜਿਵੇਂ ਊੜਾੜਾ ਹੋ ਗਿਆ ਉਹ ਅੱਖਰ ਨੇ ਧੁਨੀ ਦੇ ਚੰਨ ਨੇ ਉਹਨਾਂ ਨੂੰ ਆਪਾਂ ਜਦੋਂ ਸਹੀ ਢੰਗ ਨਾਲ ਮਿਲਾ ਕੇ ਉਹਨਾਂ ਦੇ ਸਮੇਲ ਨਾਲ ਜਿਹੜਾ ਆਪਾਂ ਸ਼ਬਦ ਬਣਾਉਂਦੇ ਆ ਤਾਂ ਉਹਨੂੰ ਸ਼ਬਦ ਬੋਧ ਕਹਿ ਦਿੰਦੇ ਆ ਉਹ ਬੋਧ ਜਿਸ ਤਰ੍ਹਾਂ ਹੀ ਅੱਗੇ ਦਿੱਤਾ ਹੋਇਆ ਕਿ ਉਹ ਬੋਧ ਜਿਸ ਤਰ੍ਹਾਂ ਹੀ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗਿਆ ਸਾਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਸ਼ਬਦ ਬੋਧ ਵਿੱਚ ਲਗਾ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਮਿਲਦੀ ਹੈ ਜਿਵੇਂ ਮੈਂ ਇੱਥੇ ਇੱਕ ਸ਼ਬਦ ਲਿਖਦਾ ਪਾਣੀ ਹਵਾ ਇਹ ਦੇਖੋ ਆ ਪਪਾ ਹੋ ਗਿਆ ਨਾਣਾ ਹੋ ਗਿਆ ਇਹ ਤਾਂ ਕੀ ਆ ਇਹ ਅੱਖਰ ਨੇ ਇਹ ਵਰਨ ਨੇ ਜਿਹੜੇ ਆ ਪਪੇ ਨੂੰ ਕੰਨਾਂ ਲੱਗੇ ਇਹਨੂੰ ਵਿਹਾਰੀ ਲੱਗੀ ਹੈ ਨਾ ਹਵਾ ਨੂੰ ਵਾਵੇ ਨੂੰ ਕੰਨਾਂ ਲੱਗ ਗਿਆ ਇਹ ਕੀ ਨੇ ਇਹ ਜਿਹੜੀਆਂ ਨੇ ਲਗਾ ਮਾਤਰਾ ਮਾਰੇ ਜਿਹੜੀਆਂ ਇਹਨਾਂ ਲੱਗੇ ਹੁਣ ਇਹਨਾਂ ਦੋਨਾਂ ਚੀਜ਼ਾਂ ਦੇ ਮਿਲਣ ਨਾਲ ਕੀ ਆ ਕਿ ਇੱਕ ਜਿਹੜਾ ਹੈਗਾ ਸ਼ਬਦ ਬਣ ਗਿਆ ਇਦਾਂ ਦਾ ਸਾਰਥਕ ਸ਼ਬਦ ਬਣ ਗਿਆ ਜਿਹਦਾ ਕੋਈ ਅਰਥ ਨਿਕਲਦਾ ਵਾ ਸ਼ੁੱਧ ਸ਼ਬਦ ਬਣ ਗਿਆ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਸ਼ਬਦ ਬੋਧ ਕਹਿੰਦੇ ਆ ਨੈਕਸਟ ਅਰਥਬੋਧ ਕੀ ਹੈ ਅੱਗੇ ਹੈਗਾ ਹੁਣ ਜਿਹੜਾ ਸ਼ਬਦ ਨਿਕਲੇ ਉਹਦਾ ਕੋਈ ਨਾ ਕੋਈ ਅਰਥ ਵੀ ਤਾਂ ਹੋਣਾ ਚਾਹੀਦਾ ਅਰਥਬੋਧ ਤੋਂ ਭਾਵ ਹੈ ਅਰਥ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਅਰਥਬੋਧ ਤੋਂ ਕੀ ਭਾਵ ਹੈ ਕਿ ਅਰਥ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਇਸ ਵਿੱਚ ਕਿਹੜੇ-ਕਿਹੜੇ ਸ਼ਬਦ ਆ ਜਾਂਦੇ ਹੁਣ ਆਪਾਂ ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਪੜ੍ਹਦੇ ਆ ਜਿਵੇਂ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਿਰੋਧਾਰਥਕ ਸ਼ਬਦ ਜਿਨ੍ਹਾਂ ਨੂੰ ਆਪਾਂ ਵਿਰੋਧੀ ਸ਼ਬਦ ਕਹਿੰਨੇ ਆ ਇਹਨਾਂ ਸਾਰਿਆਂ ਬਾਰੇ ਪੜਦੇ ਆ ਨਾ ਇਹ ਸਾਰੇ ਕਿਹਦੇ ਵਿੱਚ ਆ ਜਾਂਦੇ ਆ ਕਿ ਅਰਥਬੋਧ ਦੇ ਅੰਡਰ ਆਉਂਦੇ ਆ ਇਹ ਸਾਰੇ ਸ਼ਬਦ ਅੱਗੇ ਦੇਖਦੇ ਆਪਾਂ ਅਗਲਾ ਚੌਥਾ 파ਟ ਸੀਗਾ ਬਾਕਬੋਧ ਬਾਕਬੋਧ ਆ ਜਿਹੜਾ ਬਾਕਬੋਧ ਕੀ ਹੁੰਦਾ ਵਾ ਵਿਆਕਰਨ ਦੇ ਇਸ ਭਾਗ ਵਿੱਚ ਬਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕਾਂ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਦੇਖੋ ਹੁਣ ਆਪਾਂ ਪਹਿਲਾਂ ਅੱਖਰ ਸੀ ਅੱਖਰਾਂ ਤੋਂ ਸ਼ਬਦ ਬਣੇ ਸ਼ਬਦਾਂ ਤੋਂ ਇੱਕ ਬਾਕ ਬਣ ਗਿਆ ਜਿਵੇਂ ਮੈਂ ਬੋਲਾਂ ਕਿ ਉਹ ਜਾ ਰਿਹਾ ਹੈ ਇਹ ਸਾਰੇ ਕੀ ਆ ਕਿ ਉਹ ਇੱਕ ਸ਼ਬਦ ਦਾ ਜਾਂ ਇੱਕ ਸ਼ਬਦ ਦਾ ਰਿਹਾ ਇੱਕ ਸ਼ਬਦ ਦਾ ਹੈ ਇੱਕ ਸ਼ਬਦ ਦਾ ਇਹਨਾਂ ਸਾਰੇ ਸ਼ਬਦਾਂ ਨੂੰ ਮਿਲਾ ਕੇ ਇੱਕ ਕੀ ਬਣ ਗਿਆ ਬਾਗ ਬਣ ਗਿਆ ਇੱਕ ਸਾਰਥਕ ਬਾਗ ਬਣ ਗਿਆ ਜਿਹਦਾ ਕੋਈ ਨਾ ਕੋਈ ਮਤਲਬ ਨਿਕਲਦਾ ਇਟ ਮੀਨਸ ਇਹ ਕੀ ਆ ਕਿ ਬਾਗ ਬੋਧ ਜਿਹੜੇ ਆ ਨਾ ਸ਼ਬਦਾਂ ਦੇ ਮੇਲ ਤੋਂ ਬਣਦਾ ਉਹ ਬਾਗ ਬਣਦਾ ਹੁੰਦਾ ਤੇ ਵਿਆਕਰਨ ਦੇ ਇਸ ਭਾਸ਼ਾ ਵਿੱਚ ਬਾਗ ਰਚਨਾ ਦੇ ਨਿਯਮਾਂ ਬਾਰੇ ਤੇ ਬਾਗ ਕਾ ਸੰਬੰਧੀ ਜਿਹੜੀ ਆ ਵਿਚਾਰ ਕੀਤੀ ਜਾਂਦੀ ਆ ਅੱਗੇ ਦੇਖਦੇ ਆ ਹੁਣ ਆ ਗਿਆ ਆਪਣਾ ਪੰਜਵਾਂ ਜਿਹੜਾ ਹੈਗਾ ਵਾ ਫੈਕਟ ਕਿ ਭਾਸ਼ਾ ਜਾਂ ਬੋਲੀ ਕੀ ਹੁੰਦੀ ਆ ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ ਦੇਖੋ ਕੀ ਆ ਭਾਸ਼ਾ ਜਾਂ ਬੋਲੀ ਕੀ ਅਜਿਹਾ ਸਾਧਨ ਆ ਜਿਸ ਦੇ ਰਾਹੀਂ ਮਨੁੱਖ ਉਹਦੇ ਮਨ ਵਿੱਚ ਜੋ ਵੀ ਜੜੀਆਂ ਹੁੰਦੀਆਂ ਨੇ ਭਾਵਨਾਵਾਂ ਹੁੰਦੀਆਂ ਨੇ ਠੀਕ ਆ ਜਾਂ ਕੋਈ ਵੀ ਵਿਚਾਰ ਹੁੰਦਾ ਜਿਵੇਂ ਹੁਣ ਮੇਰੇ ਮਨ ਵਿੱਚ ਵਿਚਾਰ ਆ ਮੈਂ ਤੁਹਾਨੂੰ ਪੜਾਉਣਾ ਵਾ ਉਹਦੇ ਲਈ ਮੈਂ ਜਿਹੜਾ ਬੋਲ ਕੇ ਪੜਾ ਰਹੀ ਹਾਂ ਕੀ ਆ ਕਪੂਲ ਚਾਲਾ ਹੈ ਨਾ ਬੋਲ ਚਾਲ ਦੀ ਭਾਸ਼ਾ ਵਾ ਤੇ ਨਾਲ ਨਾਲ ਮੈਂ ਜਿਹੜੀ ਇਹ ਪੀਡੀਐਫ ਲੈ ਕੇ ਤੁਹਾਨੂੰ ਪੜਾ ਰਹੀ ਆ ਉਹ ਕੀ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਵਾ ਲਿਖਤੀ ਰੂਪ ਉਹਦਾ ਠੀਕ ਹੈ ਇਸ ਲਈ ਕੀ ਹੋ ਗਿਆ ਕਿ ਜਿਹਾ ਸਾਧਨ ਜੈਸਾ ਹੀ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਵਾ ਉਹਨਾਂ ਨੇ ਆਪਾਂ ਕੀ ਕਹਿੰਨੇ ਆ ਭਾਸ਼ਾ ਜਾਂ ਬੋਲੀ ਕਹਿ ਦਿੰਦੇ ਆ ਠੀਕ ਹੈ ਅੱਗੇ ਕੰਟੀਨਿਊ ਕਰਦੇ ਆ ਮਨੋੱਖ ਦੇ ਵਿਚਾਰਾਂ ਜਾਂ ਭਾਵਾਂ ਨੂੰ ਪ੍ਰਗਟ ਕਰਨ ਦੇ ਸਾਧਨ ਕਿਹੜੇ ਹਨ ਹੁਣ ਇਹਦੇ ਸਾਧਨ ਕਿਹੜੇ-ਕਿਹੜੇ ਹਨ ਮੈਂ ਪਹਿਲਾਂ ਵੀ ਥੋੜੀ ਜੀ ਐਗਜ਼ਾਮਪਲ ਦੇ ਕੇ ਹਟੀਆਂ ਕਿ ਲੱਕ ਕੇ ਜਾਂ ਬੋਲ ਕੇ ਅੱਗੇ ਕੰਟੀਨਿਊ ਕਰਦੇ ਆਂ ਮਨੋੱਖਾ ਜਿਹੜਾ ਕਹਿੰਦੇ ਮੁੱਢ ਤੋਂ ਹੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਆ ਰਿਹਾ ਵਾ ਕਦੋਂ ਤੋਂ ਮੁੱਢ ਤੋਂ ਠੀਕ ਹੈ ਭਾਵੇਂ ਇਹਨਾਂ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਵੱਖਰੇ-ਵੱਖਰੇ ਰਹੇ ਆ ਜਿਵੇਂ ਇਸ਼ਾਰਿਆਂ ਨਾਲ ਹਨਾ ਜਾਂ ਤਸਵੀਰਾਂ ਬਾਕੇ ਜਿਵੇਂ ਸਿੱਧੂ ਘਾਟੀ ਦੀ ਸੱਭਿਆਤਾ ਵਾ ਜਿਹੜੀ ਉਹਦੀ ਲਿਪੀ ਹੈ ਜਿਹੜੀ ਚਿੱਤਰ ਲਿਪੀ ਆ ਉਹਨਾਂ ਆਪਾਂ ਕਹਿੰਦੇ ਵੀ ਤਸਵੀਰਾਂ ਨਾਲ ਜਾਦ ਮਨੋੱਖ ਨੇ ਜਦੋਂ ਮਤਲਬ ਜਿਹੜੀਆਂ ਗੁਫਾਵਾਂ ਦੀ ਖੋਜ ਹੋਈ ਹੈ ਨਾ ਉਹਦੇ ਵਿੱਚੋਂ ਜਿਹੜੇ ਚਿੱਤਰ ਬਣਾਏ ਹੋਏ ਮਿਲੇ ਉਹਨਾਂ ਨੂੰ ਆਪਾਂ ਕਹਿੰਦੇ ਨੇ ਵੀ ਤਸਵੀਰਾ ਬਾਕੇ ਆਪਣੇ ਵਿਚਾਰ ਪ੍ਰਗਟ ਕਰਦਾ ਵਾ ਭਾਸ਼ਾ ਦਾ ਅਜੋਕਾ ਰੂਪ ਹੌਲੀ-ਹੌਲੀ ਹੋਂਦ ਵਿੱਚ ਆਇਆ ਵਾ ਮੂਲ ਰੂਪ ਵਿੱਚ ਭਾਸ਼ਾ ਮੌਖਿਕ ਰਹੀ ਹੈ ਮੌਖਿਕ ਭਾਸ਼ਾ ਮੈਂ ਬੋਲ ਕੇ ਪੜਾ ਰਹੀ ਹਾਂ ਇਟ ਮੀਨਸ ਮੌਖਿਕ ਭਾਸ਼ਾ ਹੈ ਬੋਲੀ ਸ਼ਬਦ ਵੀ ਬੋਲ ਤੋਂ ਬਣਿਆ ਹੈ ਬੋਲੀ ਸ਼ਬਦ ਕੀ ਤੋਂ ਬਣਿਆ ਹੈ ਬੋਲ ਤੋਂ ਬਣਿਆ ਹੈ ਲਿਪੀ ਦੇ ਵਿਕਸਿਤ ਹੋਣ ਨਾਲ ਭਾਸ਼ਾ ਬੋਲਣ ਦੇ ਨਾਲ-ਨਾਲ ਲਿਖੀ ਵੀ ਜਾਣ ਲੱਗ ਪਈ ਹੁਣ ਲਿਪੀ ਜਦੋਂ ਆਪਾਂ ਜਿਹੜੇ ਮੂੰਹ ਵਿੱਚੋਂ ਆਪਣੇ ਆਵਾਜ਼ਾਂ ਨਿਕਲਦੀਆਂ ਨੇ ਠੀਕ ਆ ਉਹਨਾਂ ਨੂੰ ਇੱਕ ਚਿੰਨ੍ਹ ਦੇ ਦਿੱਤਾ ਗਿਆ ਜਿਵੇਂ ਆਪਣਾ ਅੱਖਰ ਬਣ ਗਿਆ ਆਪਣੇ ਬਰਨ ਬਣ ਗਏ ਹੁਣ ਉਹ ਚਿੰਨ੍ਹ ਜਿਹੜੇ ਉਹਨਾਂ ਨਾਲ ਭਾਸ਼ਾ ਨੂੰ ਕੀ ਆ ਕਿ ਮਾਤਰਾਵਾਂ ਲਗਾ ਕੇ ਲਿਖਿਆ ਜਾਣ ਲੱਗ ਗਿਆ ਤਾਂ ਕਰਕੇ ਜਿਹੜਾ ਭਾਸ਼ਾ ਦਾ ਲਿਖਤੀ ਰੂਪ ਆ ਉਹਨੂੰ ਕੀ ਕਹਿਣ ਲੱਗ ਗਏ ਲਿਪੀ ਕਹਿਣ ਲੱਗ ਗਏ ਠੀਕ ਹੈ ਅੱਗੇ ਕੰਟੀਨਿਊ ਕਰਦੇ ਆ ਕਿ ਭਾਸ਼ਾ ਵਾ ਜਿਹੜੀ ਹੋ ਕਿੰਨੇ ਪ੍ਰਕਾਰ ਦੀ ਹੁੰਦੀ ਆ ਭਾਸ਼ਾ ਆਮ ਤੌਰ ਤੇ ਜਿਹੜੀ ਦੋ ਪ੍ਰਕਾਰ ਦੀ ਹੁੰਦੀ ਆ ਆਮ ਬੋਲਚਾਲ ਦੀ ਭਾਸ਼ਾ ਤੇ ਸਾਹਿਤਿਕ ਭਾਸ਼ਾ ਹੁਣ ਆਪਾਂ ਇਹਨਾਂ ਨੂੰ ਅੱਗੇ ਡਿਸਕਸ ਕਰਦੇ ਹਾਂ ਆਮ ਬੋਲਚਾਲ ਦੀ ਭਾਸ਼ਾ ਕਿਹੜੀ ਹੁੰਦੀ ਆ ਆਮ ਬੋਲਚਾਲ ਦੀ ਭਾਸ਼ਾ ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਆ ਦੇਖੋ ਕਿਹੜੀ ਹੁੰਦੀ ਆ ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਹੈ ਜਾਂਸ ਨੂੰ ਆਮ ਬੋਲਚਾਲ ਦੀ ਜਿਹੜੀ ਹੈਗੀ ਉਹਨੂੰ ਭਾਸ਼ਾ ਕਹਿੰਦੇ ਆਪਾਂ ਇਸ ਵਿੱਚ ਅਸੀਂ ਬੋਲਣ ਸਮੇਂ ਬਾਕ ਦੇ ਕਈ ਸ਼ਬਦ ਅਧੂਰੇ ਛੱਡ ਸਕਦੇ ਹਾਂ ਜਦੋਂ ਆਪਾਂ ਬੋਲਦੇ ਆਂ ਆਪਾਂ ਪੂਰਾ ਬਾਕ ਨਹੀਂ ਬੋਲਦੇ ਥੋੜਾ-ਥੋੜਾ ਬੋਲ ਦਿੰਨੇ ਆ ਨਾ ਫਿਰ ਵੀ ਦੂਜੇ ਨੂੰ ਕੀ ਆ ਸਮਝ ਆ ਜਾਂਦੀ ਆ ਕਿ ਆਪਾਂ ਕੀ ਕਹਿ ਰਹੇ ਆ ਉਹਨੂੰ ਤਾਂ ਕਹਿ ਦਿੰਦੇ ਆ ਕਿ ਆਮ ਬੋਲ ਚੱਲਦੀ ਬੋਲੀ ਆ ਇੱਕ ਖੇਤਰ ਦੇ ਵੱਖ-ਵੱਖ ਭਾਗਾਂ ਵਿੱਚ ਕੁਝ ਅੰਤਰ ਵਾਲੀ ਬੋਲੀ ਹੁੰਦੀ ਹੈ ਇੱਕ ਖੇਤਰ ਵਿੱਚ ਕੁਝ ਏਰੀਆ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੀ ਬੋਲੀ ਲਗਤਰਾਂ ਦੀ ਹੁੰਦੀ ਆ ਹੋਰ ਏਰੀਏ ਦੇ ਲੋਕ ਰਹਿੰਦੇ ਨੇ ਜਿਵੇਂ ਆਪਣੇ ਪੰਜਾਬ ਦੇ ਜ਼ਿਲ੍ਹਿਆਂ ਦੀ ਲਾ ਲੋ ਕਿ ਕੁਝ ਜ਼ਿਲ੍ਹਿਆਂ ਦੀ ਬੋਲੀ ਆ ਵਾ ਕੁਝ ਜ਼ਿਲ੍ਹਿਆਂ ਦੀ ਬੋਲੀ ਆ ਉਹ ਆ ਜਿਵੇਂ ਆਪਣੇ ਇਹ ਏਰੀਆ ਵਿੱਚ ਮਲਵਈ ਬੋਲੀ ਬੋਲਦੇ ਆ ਠੀਕ ਹੈ ਫਿਰ ਮਾਝੇ ਦਾ ਏਰੀਆ ਬਾ ਦੋਆਬੇ ਦਾ ਏਰੀਆ ਬਾ ਇਸ ਤਰ੍ਹਾਂ ਜਿਹੜਾ ਖੇਤਰੀ ਭੰਨ ਤਾਂ ਜਿਹੜੀ ਪਾਈ ਜਾਂਦੀ ਹੈ ਉਹਨੂੰ ਕਹਿੰਦੇ ਆਪਾਂ ਅੱਗੇ ਵੀ ਇਹਦੇ ਬਾਰੇ ਵਿਸਤਾਰ ਨਾਲ ਪੜਾਂਗੇ ਨੰਬਰ 9 ਹੈ ਜੀ ਸਾਹਿਤਿਕ ਜਾਂ ਟਕਸਾਲੀ ਭਾਸ਼ਾ ਕੀ ਹੁੰਦੀ ਹੈ ਹੁਣ ਉਹ ਤਾਂ ਸੀਗੀ ਜਿਹੜੀ ਆਪਣੀ ਆਮ ਬੋਲਚਾਲ ਦੀ ਬੋਲੀ ਇਹ ਹੈਗੀ ਆ ਕਿ ਸਾਹਿਤਿਕ ਜਾਂ ਟਕਸਾਲੀ ਭਾਸ਼ਾ ਕੀ ਹੁੰਦੀ ਆ ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਦੇਖੋ ਆਹ ਜਿਹੜੀ ਹੁਣ ਮੈਂ ਲਿਖੀ ਹੋਈ ਆ ਪੀਡੀਐਫ ਜਿਹੜੀ ਬੋਲੀ ਜਾਂ ਭਾਸ਼ਾ ਦੀ ਵੱਧ ਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਮੈਂ ਵੀ ਇਹ ਲਿਖਿਆ ਹੋਇਆ ਨਾ ਇਹ ਕੀ ਇੱਕ ਤਰ੍ਹਾਂ ਦੀ ਟਕਸਾਲੀ ਜਾਂ ਸਾਹਿਤਿਕ ਭਾਸ਼ਾ ਵਾ ਉਸ ਨੂੰ ਲਿਖਤੀ ਟਕਸਾਲੀ ਜਾਂ ਸਾਹਿਤਿਕ ਤਿੰਨ ਨਾਮ ਦਿੱਤੇ ਗਏ ਆ ਇਹ ਭਾਸ਼ਾ ਕਿਹਾ ਜਾਂਦਾ ਹੈ ਇਹ ਵਿਆਕਰਨ ਦੇ ਨਿਯਮਾਂ ਵਿੱਚ ਵੱਜੀ ਹੁੰਦੀ ਹੈ ਭਾਸ਼ਾ ਰਾਹੀਂ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ ਇਹ ਤਾਂ ਸਗੀ ਸਾਹਿਤਿਕ ਜਿਹੜੀ ਭਾਸ਼ਾ ਕਿ ਦੇਖਦੇ ਆ ਹੁਣ ਆਗੇ ਆਪਣਾ ਲਿਪੀ ਕਿ ਲਿਪੀ ਤੋਂ ਕੀ ਭਾਵ ਆ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਹਨ ਕਿ ਨੂੰ ਕਹਿੰਦੇ ਆ ਕਿ ਭਾਸ਼ਾ ਵਾ ਜਿਹੜੀ ਜਾਂ ਬੋਲੀ ਆ ਉਹਨੂੰ ਜਦੋਂ ਲਿਖਤੀ ਰੂਪ ਦੇਣਾ ਵਾ ਲਿਖਤੀ ਰੂਪ ਦੇਣ ਲਈ ਫਿਰ ਕੀ ਆ ਕਿ ਅੱਖਰਾਂ ਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਆ ਠੀਕ ਹੈ ਉਹ ਜਿਹੜੇ ਅੱਖਰ ਤੇ ਚੰਨ ਆ ਉਹਨਾਂ ਦੇ ਸਮੂਹ ਨੂੰ ਕੀ ਕਹਿੰਦੇ ਆ ਲਿਪੀ ਕਹਿੰਦੇ ਕਿਉਂਕਿ ਉਹਨਾਂ ਦੇ ਸਮੂਹ ਨਾਲ ਇੱਕ ਸ਼ਬਦ ਬਣ ਜਾਂਦਾ ਇੱਕ ਸਾਰਥਕ ਸ਼ਬਦ ਬਣ ਜਾਂਦਾ ਉਹਨੂੰ ਆਪਾਂ ਲਿਪੀ ਕਹਿੰਦੇ ਆ ਹਰ ਪ੍ਰਮਾਣਿਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਆ ਹਰੇਕ ਭਾਸ਼ਾ ਦੀ ਆਪਣੀ ਲਿਪੀ ਹੁੰ ਤੇ ਉਸ ਲਿਪੀ ਵਿੱਚ ਹੀ ਉਸ ਭਾਸ਼ਾ ਨੂੰ ਸਫਲਤਾਪੂਰਵਕ ਲਿਖਿਆ ਜਾ ਸਕਦਾ ਹੈ ਜਿਵੇਂ ਕਿ ਜਿਹੜੀ ਵੀ ਭਾਸ਼ਾ ਵਾ ਠੀਕ ਹੈ ਉਹਦੀ ਜਿਹੜੀ ਲਿਪੀ ਆ ਉਹਨੂੰ ਉਹਦੇ ਵਿੱਚ ਹੀ ਸਹੀ ਲਿਖ ਸਕਦੇ ਆ ਦੂਜੀ ਲਿਪੀ ਵਿੱਚ ਆਪਾਂ ਉਹਨੂੰ ਸਹੀ ਨਹੀਂ ਲਿਖ ਸਕਦੇ ਜਿਵੇਂ ਆਪਾਂ ਕਈ ਵਾਰ ਮੋਬਾਈਲ ਤੇ ਟਾਈਪਿੰਗ ਕਰਦੇ ਆ ਨਾ ਚੈਟ ਤਾਂ ਆਪਾਂ ਕਰ ਰਹੇ ਹੁੰਨੇ ਆ ਪੰਜਾਬੀ ਦੀਆਂ ਗੱਲਾਂ ਵਿੱਚ ਬਟ ਆਪਾਂ ਉਥੇ ਇੰਗਲਿਸ਼ ਟਾਈਪ ਕਰ ਰਹੇ ਹੁੰਨੇ ਆ ਪਰ ਜੇ ਸਹੀ मीनिंग ਵਿੱਚ ਪੜਿਆ ਜਾਵੇ ਤਾਂ ਉਹ ਕਈ ਵਾਰ ਸ਼ਬਦ ਹੋਰ ਹੀ ਕੁਝ ਪੜੇ ਜਾਂਦੇ ਆ ਸਹੀ ਨਹੀਂ ਪੜੇ ਜਾਂਦੇ ਇਸ ਲਈ ਕੀ ਕਹਿੰਦੇ ਆ ਕਿ ਜਿਹੜੀ ਭਾਸ਼ਾ ਹੁੰਦੀ ਆ ਉਹ ਉਸੇ ਲਿਪੀ ਵਿੱਚ ਹੀ ਲਿਖੀ ਜਾਂਦੀ ਹੈ ਜਿਹੜੀ ਉਹਦੀ ਲ ਹੈ ਪੰਜਾਬੀ ਭਾਸ਼ਾ ਲਈ ਕਿਹੜੀ ਲਿਪੀ ਟਕਮੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਟਕਮੀ ਲਿਪੀ ਹੈ ਜਿਹੜੀ ਉਹ ਹੈਗੀ ਆ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਆ ਇਹੀ ਇਸ ਭਾਸ਼ਾ ਦੀ ਟਕਮੀ ਲਿਪੀ ਹੈ ਤੇ ਇਹ ਤੋਂ ਬਿਨਾਂ ਜਿਹੜੀ ਹਿੰਦੀ ਭਾਸ਼ਾ ਵਾ ਉਹ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ ਤੇ ਅੰਗਰੇਜ਼ੀ ਭਾਸ਼ਾ ਜਿਹੜੀ ਉਹ ਰੋਮਨ ਲਿਪੀ ਦੇ ਵਿੱਚ ਲਿਖੀ ਜਾਂਦੀ ਆ ਇਹ ਤਿੰਨ ਜਿਹੜੀਆਂ ਆਈਆਂ ਨੇ ਯਾਦ ਰੱਖਣ ਵਾਲੀਆਂ ਗੱਲਾਂ ਨੇ ਅੱਗੇ ਵਰਣਮਾਲਾ ਕੀ ਹੈ ਗੁਰਮੁਖੀ ਅੱਖਰਾਂ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਕਿ ਇਹ ਗੁਰਮੁਖੀ ਵਰਣਮਾਲਾ ਕਿ ਗੁਰਮੁਖੀ ਦੇ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਹਲੇ ਸ਼ਾਇਦ ਤੁਹਾਨੂੰ ਇਸ ਲਾਈਨ ਦੀ ਸਮਝ ਨਾ ਆਵੇ ਜਦੋਂ ਕਿ ਮੈਂ ਤੁਹਾਨੂੰ ਗੁਰਮੁਖੀ ਪੜ੍ਹਾਉਂਗੀ ਨਾ ਲਾਈਨ ਬਾਅਦ ਉਦੋਂ ਤੁਹਾਨੂੰ ਪਤਾ ਲੱਗ ਜਾਊਗਾ ਗੁਰਮੁਖੀ ਲਿਪੀ ਦੇ ਪਹਿਲਾਂ ਕਿੰਨੇ ਅੱਖਰ ਸੀਗੇ 35 ਅੱਖਰ ਸਨ ਇਸ ਕਰਕੇ ਅਸਨੂੰ ਉਦੋਂ ਕੀ ਕਿਹਾ ਜਾਂਦਾ ਸੀ 35 ਅੱਖਰਾਂ ਕਰਕੇ ਉਹਨੂੰ 35 ਅਖਰੀ ਕਿਹਾ ਜਾਂਦਾ ਸੀਗਾ ਅਰਬੀ ਅਤੇ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਕਿਹੜੀਆਂ ਧੁਨੀਆਂ ਨੂੰ ਅਰਬੀ ਤੇ ਫਾਰਸੀ ਉਹਨਾਂ ਨੂੰ ਅੰਕਿਤ ਕਰਨ ਲਈ ਫਿਰ ਜਿਹੜੀ ਗੁਰਮੁਖੀ ਸੀ ਉਹਦੇ ਵਿੱਚ ਪੰਜ ਅੱਖਰ ਹੋਰ ਐਡ ਕਰਤੇ ਹੋਰ ਪੰਜ ਅੱਖਰ ਜੋੜਤੇ ਕਿਹੜੇ-ਕਿਹੜੇ ਸ ਸ ਖ ਖ ਗ ਗ ਜ ਜ ਤੇ ਫ ਫਾ ਸੀਗੇ ਜਿਹੜੇ ਪਹਿਲਾਂ ਉਸਦੇ ਪੈਰਾਂ ਵਿੱਚ ਬਿੰਦੀ ਦੀ ਵਰਤੋਂ ਕਰਕੇ ਕੀ ਬਣ ਗਿਆ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਇਹ ਬਣਾ ਦਿੱਤੇ ਗਏ ਅੱਗੇ ਦੇਖਦੇ ਹਾਂ ਅੱਖਰ ਬਣਾ ਲਏ ਗਏ ਐਸ ਪ੍ਰਕਾਰ ਗੁਰਮੁਖੀ ਵਰਣਮਾਲਾ ਵਿੱਚ ਜਿਹੜੀ ਕੀ ਅੱਖਰਾਂ ਦੀ ਗਿਣਤੀ ਹੈ ਉਹ ਕਿੰਨੀ ਹੋ ਗਈ 35 ਤਾਂ ਪਹਿਲਾਂ ਹੀ ਸੀਗੇ 5 ਹੋਰ ਐਡ ਕਰਕੇ ਤਾਂ ਕਿੰਨੇ ਹੋ ਗਏ 40 ਅੱਖਰ ਗਿਣਤੀ ਹੋ ਗਈ ਉਹਨਾਂ ਦੀ ਇਹ ਤੋਂ ਬਾਅਦ ਜਿਹੜਾ ਪੰਜਾਬੀ ਵਿਭਾਗ ਪਟਿਆਲਾ ਵਾ ਨਾ ਆਪਣਾ ਉਹਨਾਂ ਵੱਲੋਂ ਫਿਰ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ ਉਹ ਕਿਹੜੀ ਸੀਗੀ ਕਿ ਜਿਹੜਾ ਲ ਅੱਖਰ ਆ ਨਾ ਉਹਦੇ ਪੈਰਾਂ ਦੇ ਵਿੱਚ ਬਿੰਦੀ ਲਾ ਕੇ ਲੱਲੇ ਪੈਰ ਬਿੰਦੀ ਅੱਖਰ ਬਣਾ ਲਿਆ ਗਿਆ ਇਹ ਤਾਲਮੀ ਧੁਨੀ ਨੂੰ ਪਰਗਟ ਕਰਦਾ ਹੈ ਇਸ ਤਰ੍ਹਾਂ ਪੰਜਾਬੀ ਵਰਣਮਾਲਾ ਦੀ ਗਿਣਤੀ ਜਿਹੜੀ ਸੀ ਹੁਣ ਇੱਕ ਅੱਖਰ ਹੋਰ ਜੁੜ ਗਿਆ ਤਾਂ ਕਿੰਨੀ ਹੋ ਗਈ 41 ਹੋ ਗਈ ਸੀਗੀ ਅੱਗੇ ਹੈ ਗੁਰਮੁਖੀ ਵਰਣਮਾਲਾ ਨੂੰ ਕਿੰਨੇ ਅਤੇ ਕਿਹੜੇ ਵਰਗਾਂ ਵਿੱਚ ਵੰਡਿਆ ਗਿਆ ਹੈ ਗੁਰਮੁਖੀ ਵਰਣਮਾਲਾ ਵਾ ਜਿਹੜੀ ਉਹਨੂੰ 8 ਵਰਗਾਂ ਵਿੱਚ ਵੰਡਿਆ ਗਿਆ ਵਾ ਹੁਣ ਆਪਾਂ ਉਹ 8 ਵਰਗ ਆ ਜਿਹੜੇ ਉਹਨਾਂ ਨੂੰ ਡਿਸਕਸ ਕਰਦੇ ਅੱਗੇ ਸਭ ਤੋਂ ਪਹਿਲਾ ਵਰਗ ਹੈ ਜੀ ਮੁੱਖ ਵਰਗ ਮੁੱਖ ਵਰਗ ਵਿੱਚ ਕਿਹੜੀ ਲਾਈਨ ਆਉਂਦੀ ਆ ਊੜਾ ਆੜਾ ਈੜੀ ਸਸਾ ਹਹਾ ਵਾਲੀ ਫਿਰ ਆ ਗਿਆ ਕ ਵਰਗ ਕਕਾ ਵਰਗਾ ਜਿਹੜਾ ਉਹਦੇ ਵਿੱਚ ਕਕਾ ਖਖਾ ਗਗਾ ਘਗਾ ਨਹੀਂ ਆ ਫਿਰ ਚਚਾ ਵਰਗ ਦੇ ਵਿੱਚ ਚਚਾ ਛਛਾ ਜਜਾ ਝਜਾ ਨਹੀਂ ਆ ਟੈਂਕਾ ਵਰਗ ਦੇ ਵਿੱਚ ਟੈਂਕਾ ਠਠਾ ਡਡਾ ਢਡਾ ਨਾਣਾ ਅੱਗੇ ਤੱਪਤਾ ਵਰਗ ਦੇ ਵਿੱਚ ਤੱਪਤਾ ਠੱਠਾ ਡੱਡਾ ਧੱਡਾ ਨੰਨਾ ਪੱਪਾ ਵਰਗ ਦੇ ਵਿੱਚ ਪੱਪਾ ਫਫਾ ਬੱਬਾ ਪੱਬਾ ਮੱਮਾ ਦੇਖੋ ਇਹ ਸਾਰੇ ਕੀ ਨੇ ਇਹਨਾਂ ਦੇ ਮੁਰੇ ਵਰਗ ਦਿੱਤੇ ਹੋਏ ਆ ਤੇ ਜਿਹੜਾ ਅੰਤਿਮ ਵਰਗ ਉਹਦੇ ਵਿੱਚ ਕਿਹੜੀ ਲਾਈਨ ਆ ਗਈ ਜਈਆ ਹਰਾਰਾ ਲੱਲਾ ਵਾਵਾ ਡਾੜਾ ਠੀਕ ਹੈ ਇਹ ਤਾਂ ਸੀਗੇ ਜਿਹੜੇ ਅੰਤਿਮ ਵਰਗ ਹੁਣ ਫਿਰ ਜਿਹੜੇ ਨਵੇਂ ਅੱਖਰ ਵੀ ਸ਼ਾਮਿਲ ਕੀਤੇ ਆ ਫਾਰਸੀ ਤੇ ਅਰਬੀ ਭਾਸ਼ਾ ਨੂੰ ਦਰਸਾਉਣ ਲਈ ਉਹ ਕਿਹੜੇ ਆ ਉਹਨੂੰ ਆਪਾਂ ਨਵੀਨ ਵਰਗ ਦੇ ਵਿੱਚ ਰੱਖਦੇ ਆ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਠੀਕ ਹੈ ਇਹਦੇ ਟੋਟਲ ਮਿਲਾ ਕੇ ਜਿਹੜੇ ਆਪਣੇ 8 ਹੋ ਗਏ ਇਹ ਦੇਖੋ ਜਿਹੜਾ ਸ਼ੁਰੂ ਵਾਲਾ ਹੋ ਉਹਨੂੰ ਤਾਂ ਆਪਾਂ ਮੁੱਖ ਵਰਗ ਕਹਾਂਗੇ ਫਿਰ ਦੂਜੇ ਨੰਬਰ ਵਾਲੇ ਨੂੰ ਕ ਵਰਗ ਫਿਰ ਚ ਵਰਗ ਫਿਰ ਤੋ ਵਰਗਫੇਰ ਤੋ ਵਰਗਫੇਰ ਤੋ ਵਰਗ ਦੈਨ ਜਿਹੜੀ ਜਈ ਵਾਲੀ ਲੈਣਾ ਉਹਨੂੰ ਅੰਤਿਮ ਵਰਗ ਤੇ ਜਿਹੜੀ ਸਸੇਪੈਰ ਬਿੰਦੀ ਵਾਲੀ ਲੈਣਾ ਉਹਨੂੰ ਨਵੀਨ ਵਰਗ ਦੇ ਨਾਮ ਨਾਲ ਜਾਣਿਆ ਜਾਂਦਾ ਇਨ੍ਹਾਂ ਪੰਕਤੀਆਂ ਦੇ ਪਹਿਲੇ ਅੱਖਰ ਦੇ ਨਾਂ ਤੋਂ ਹੀ ਇਨ੍ਹਾਂ ਵਰਗਾਂ ਦਾ ਜਿਹੜਾ ਵਾ ਨਾਂ ਪਿਆ ਵਾ ਏਸੀ ਕੀ ਮੇਰੀ ਅੱਜ ਦੀ ਵੀਡੀਓ ਇਹਦਾ ਫਸਟ ਪਾਰਟ ਆ ਸੈਕਿੰਡ ਪਾਰਟ ਇਹਦਾ ਮੈਂ ਕੱਲ ਤੁਹਾਡੇ ਲਈ ਲੈ ਕੇ ਆਉਂਗੀ ਤੇ ਨਾਲ ਹੀ ਉਹਦੇ ਵਿੱਚੋਂ ਵੀ 50 ਕੁਐਸਚਨ ਲੈ ਕੇ ਆਉਂਗੀ ਤੇ 50 ਕੁਐਸਚਨ ਹੀ ਅੱਜ ਮੈਂ ਨਾਲ ਇਹਦੇ ਦਵਾਂਗੀ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨਾਂ 50 ਕੁਐਸਚਨ ਦੀ ਸੀਰੀਜ਼ ਆ ਜਿਹੜੀ ਉਹਨਾਂ ਨੂੰ ਦੇਖੋ ਉਹਦਾ ਤੁਹਾਨੂੰ ਬੈਨੀਫਿਟਸ ਹੋਊਗਾ ਤੁਹਾਡਾ ਜਿਹੜਾ ਇੱਥੇ ਪੜਿਆ ਹੋਇਆ ਵਾ ਉਹ ਤੁਹਾਨੂੰ ਪੱਕਾ ਲਰਨ ਹੋ ਜਾਊਗਾ ਆਈ ਹੋਪ ਕਿ ਤੁਹਾਨੂੰ ਨਾ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸ